ਬਾਗਾ ਬਾਰਡਰ ਬਣਿਆ। ਜੇ ਅਕਾਲੀ ਨਾ ਕਹਿੰਦੇ ਤਾਂ ਬਾਗਾ ਬਾਰਡਰ ਨਹੀਂ ਸੀ ਬਣਨਾ, ਫਿਰ ਦਿੱਲੀ ਤੱਕ ਹੋਣਾ ਸੀ ਪਾਕਿਸਤਾਨ। ਜੇ ਅਕਾਲੀ ਉਸ ਵੇਲੇ ਜਿੱਦਾਂ ਉਹ ਮੁਹੰਮਦ ਅਲੀ ਜਿੰਨਾ ਮਿਸਟਰ ਜਿੰਨਾਂ ਨੇ ਜਿੱਦਾਂ ਕਿਹਾ ਸੀ ਵੀ ਤੁਸੀਂ ਤੁਹਾਨੂੰ ਅਸੀਂ ਸਾਰੇ ਇਖਤਿਆਰ ਦੇਵਾਂਗੇ ਵੀ ਤੁਸੀਂ ਇੱਧਰ ਆ ਜਾਓ, ਹਾਂ ਜੇ ਇਹ ਆ ਜਾਂਦੇ ਤਾਂ ਪਾਕਿਸਤਾਨ ਦਿੱਲੀ ਤਾਂ ਹੀ ਹੋਣਾ ਸੀ। ਇਹ ਤਾਂ ਅਕਾਲੀ ਪਾਰਟੀ ਨੇ ਲੈਡ ਬਾਈ ਮਾਸਟਰ ਤਾਰਾ ਸਿੰਘ ਇਨਸਿਸਟ ਕੀਤਾ ਵੀ ਨਹੀਂ ਅਸੀਂ ਇੱਧਰ ਆਉਣਾ, ਔਰ ਇਸੇ ਕਰਕੇ ਬਾਗਾ ਬਾਰਡਰ ਬਣਿਆ। ਅੱਛਾ, ਮਗਰ ਇਹ ਪਾਰਟੀ ਤੋਂ ਬਾਅਦ ਜਦੋਂ ਮਾਸਟਰ ਤਾਰਾ ਸਿੰਘ ਨੇ ਅਕਾਲੀ ਪਾਰਟੀ ਨੇ ਰਾਈਟ ਮੰਗੇ ਤਾਂ ਨਹਿਰੂ ਨੇ ਕਿਹਾ ਟਾਈਮਸ ਹੈਵ ਚੇਂਜਡ, ਔਰ ਸਭ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਨੂੰ ਜੇਲ੍ਹ 'ਚ ਭੇਜਿਆ। ਹਾਂਜੀ, ਠੀਕ ਹੈ। ਜੋਲ ਕੈਂਪ ਭੇਜਿਆ। ਬੈਂਸ ਸਾਹਿਬ, ਜਿਹੜਾ ਕੌਂਸਟੀਟਿਊਸ਼ਨ ਬਣਿਆ ਹਿੰਦੁਸਤਾਨ ਦਾ 1952 ਦੇ ਵਿੱਚ ਉਹਨੂੰ ਇੰਪਲੀਮੈਂਟੇਸ਼ਨ ਕੀਤੀ ਗਈ ਆ, ਉਹਦੇ ਉੱਪਰ ਸਿੱਖਾਂ ਦੇ ਦਸਤਖਤ ਸੀਗੇ? ਨਹੀਂ, ਉਹ 'ਚ ਜਿਹੜੇ ਸਾਡੇ ਕੌਂਸਟੀਚੁਐਂਟ ਅਸੈਂਬਲੀ ਦੇ ਮੈਂਬਰ ਸੀ ਸਰਦਾਰ ਭੁਪਿੰਦਰ ਸਿੰਘ ਮਾਨ ਅਤੇ ਸਰਦਾਰ ਹੁਕਮ ਸਿੰਘ, ਉਹਨਾਂ ਨੇ ਇਸ ਕੌਂਸਟੀਟਿਊਸ਼ਨ ਨੂੰ ਐਕਸੈਪਟ ਨਹੀਂ, ਰੱਦ ਕੀਤਾ। ਉਹਨਾਂ ਨੇ ਕਿਹਾ ਕਿ ਵੀ ਡੋਂਟ ਐਕਸੈਪਟ। ਹਾਂਜੀ, ਸੋ ਇਹਦਾ ਮਤਲਬ ਤਾਂ ਇਹ ਆ ਕਿ 1947 ਤੋਂ ਵੀ ਪਹਿਲਾਂ ਵੀ ਸਾਡੇ ਨਾਲ ਵਿਤਕਰੇ ਹੁੰਦੇ ਰਹੇ। ਬਿਲਕੁਲ, 1947 ਤੋਂ ਬਾਅਦ ਸਾਨੂੰ ਜਰਾਇਮ ਪੇਸ਼ਾ ਕੌਮ ਵੀ ਕਿਹਾ ਗਿਆ, ਔਰ ਉਹ ਤੋਂ ਬਾਅਦ ਜੋ ਕੁਛ ਸਾਡੀ ਸਿੱਖ ਕੌਮ ਦੇ ਜਿੱਥੇ ਅਸੀਂ ਜਾ ਕੇ ਆਪਣਾ ਨੱਕ ਰਗੜਦੇ ਹਾਂ, ਅਸੀਂ ਪਰਮਾਤਮਾ ਦੇ ਮੂਹਰੇ ਅਰਦਾਸਾਂ ਕਰਦੇ ਹਾਂ ਕਿ ਸਾਡੀਆਂ ਝੋਲੀਆਂ ਭਰੇ, ਉਹਨੂੰ ਢਾਹ ਢੇਰੀ ਕਰ ਦਿੱਤਾ, ਅਤੇ ਹੋਰ ਹਿੰਦੁਸਤਾਨ ਦੀ ਸਰਕਾਰ ਨੇ ਸਾਡੇ ਨਾਲ ਕਿਹੜਾ ਇਹੋ ਜਿਹਾ ਹੋਰ ਕਰ ਦੇਣਾ ਸੀ ਜਿਹੜਾ ਕਿ ਅੱਜ ਹੋ ਨਹੀਂ ਸਕਦਾ। ਚੰਦੂ ਲਾਲ ਤ੍ਰਿਵੇਦੀ ਇੱਕ ਪਹਿਲਾ ਗਵਰਨਰ ਇੱਥੇ ਆਇਆ 47 ਤੋਂ ਬਾਅਦ, ਉਹਨ ਸਾਨੂੰ ਇੱਕ ਸਰਕੂਲਰ ਇਸ਼ੂ ਕੀਤਾ ਕਿ ਜਿਹੜੇ ਸਿੱਖ ਆ ਇਹ ਜਰਾਇਮ ਪੇਸ਼ ਆਇਆ, ਔਰ ਖਾਸ ਕਰ ਹੁਣ ਕਿ ਅੰਮ੍ਰਿਤਧਾਰੀ ਸਿੱਖਾਂ ਦਾ ਖਿਆਲ ਰੱਖੋ। ਹਾਂਜੀ, ਉਸੇ ਵੇਲੇ ਸਾਡੇ ਨਾਲ ਵਿਤਕਰਾ ਆਉਣ ਲੱਗ ਪਿਆ। ਬੈਂਸ ਸਾਹਿਬ, ਇੱਕ ਮੈਂ ਮਾੜਾ ਜਿਹਾ ਹੋਰ ਆਪਣੇ ਨੌਲੇਜ ਲਈ ਤੁਹਾਡੇ ਤੋਂ ਗੱਲ ਕਲੀਅਰ ਕਰਾਉਣੀ ਚਾਹੁੰਦਾ। ਕਪੂਰ ਸਿੰਘ ਹੁਣੀ ਸੱਚੀ ਸੱਖ ਲਿਖੀ ਆ, ਔਰ ਉਹਨਾਂ ਦੇ ਨਾਲ ਕਿੰਨਾ ਵਿਤਕਰਾ ਹੋਇਆ? ਉਹ ਤਾਂ ਹੋਇਆ, ਉਹ ਉਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਹਾਈਲਾਈਟ ਕਰ ਸਕਦੇ? ਉਹ ਤਾਂ ਸਾਰਾ ਸਭ ਨੂੰ ਪਤਾ ਕਿ ਜਿੰਨਾ ਉਹਨਾਂ ਨੂੰ ਤੰਗ ਕਰ ਸਕਦੇ ਸੀ ਕੀਤਾ, ਪਹਿਲਾਂ ਤਾਂ ਪੋਸਟਿੰਗ ਨਹੀਂ ਹੋਣ ਦਿੱਤੀ, ਫਿਰ ਜਿੱਥੇ ਕੀਤੀ ਉੱਥੇ ਕੋਈ ਨਾ ਕੋਈ ਐਕਸ਼ਨ ਲੈਂਦੇ ਰਹੇ, ਉਹ ਫਿਰ ਕੇਸ ਮੇਰਾ ਖਿਆਲ ਉਹਨਾਂ 'ਤੇ ਐਵੇਂ ਬਣਾ ਤਾ, ਔਰ ਉਹ ਚਾਹੁੰਦੇ ਸੀ ਵੀ ਇਹ ਕਿਸੇ ਤਰ੍ਹਾਂ ਸਰਵਿਸ 'ਚ ਨਾ ਰਹਿਣ, ਕਿਉਂਕਿ ਉਹਨਾਂ ਦੀ ਉਹਨਾਂ ਨੂੰ ਮਜਬੂਰ ਕੀਤਾ, ਕਿਉਂਕਿ ਉਹਨਾਂ ਦੀ ਸੋਚ ਇਹਨਾਂ ਨੂੰ ਚੁੱਭਦੀ ਸੀ। ਹਾਂਜੀ ਹਾਂਜੀ, ਇਹਦਾ ਮਤਲਬ ਤਾਂ ਇਹ ਆ ਕਿ ਜਿੰਨਾ ਵੀ ਆਪਾਂ ਸਿੱਖਾਂ ਨੇ ਗੁਰੂ ਸਾਹਿਬਾਂ ਤੋਂ ਬਾਅਦ ਬੰਦਾ ਸਿੰਘ ਬਹਾਦਰ ਵੀ ਆਪਣੇ ਰਾਈਟਸ ਲਈ ਲੜਦਾ ਰਿਹਾ, ਮਿਸਲਾਂ ਵੀ ਲੜਦੀਆਂ ਰਹੀਆਂ, ਮਿਸਲਾਂ ਨੇ ਫਿਰ ਆਪਣਾ ਰਾਜ ਵੀ ਕੀਤਾ, ਮਹਾਰਾਜਾ ਰਣਜੀਤ ਸਿੰਘ ਵੀ ਆਪਣਾ ਰਾਜ ਬਣਾ ਕੇ ਗਵਾ ਲਿਆ, ਅਤੇ ਉਹ ਤੋਂ ਬਾਅਦ ਅਸੀਂ ਫਿਰ ਵੀ ਲੜਦੇ ਰਹੇ ਹਾਂ, ਔਰ ਇਹਦੇ ਵਿੱਚ ਹੀ ਜਿੱਦਾਂ ਕਿ ਪਾਕਿਸਤਾਨ ਦੇ ਵਿੱਚ ਮੇਰਾ ਤਾਂ ਇਹ ਖਿਆਲ ਆ ਵੀ ਜੇ INA ਨਾ ਹੁੰਦੀ, ਜਿਹੜਾ ਅੰਗਰੇਜ਼ਾਂ ਨੇ ਜਲਦੀ ਡਿਸੀਜਨ ਲਿਆ ਨਾ ਜਾਣ ਦਾ, ਉਹ ਇੰਡੀਅਨ ਨੈਸ਼ਨਲ ਆਰਮੀ ਕਰਕੇ ਲਿਆ, ਸੁਭਾਸ਼ ਚੰਦਰ ਬੋਸ ਅਤੇ ਜਨਰਲ ਮੋਹਨ ਸਿੰਘ ਜਿਹਦੇ ਲੀਡਰ ਸੀ, ਔਰ ਸੁਭਾਸ਼ ਚੰਦਰ ਬੋਸ, ਨੇਤਾ ਜੀ ਸੁਭਾਸ਼ ਚੰਦਰ ਬੋਸ, ਉਹਨਾਂ ਨੇ ਹੀ ਇਹ ਜੈ ਹਿੰਦ ਦਾ ਨਾਰਾ ਲਾਇਆ ਸੀ ਜਿਹੜਾ ਇਹਨਾਂ ਨੇ ਅਡੋਪਟ ਕੀਤਾ, ਔਰ ਮਗਰ ਉਹ ਤੋਂ ਬਾਅਦ ਕਿਸੇ INA ਵਾਲੇ ਨੂੰ ਆਰਮੀ 'ਚ ਨਹੀਂ ਲਿਆ, ਇੰਡੀਅਨ ਆਰਮੀ 'ਚ ਇੱਕ ਵੀ ਬੰਦਾ। ਉਹਨਾਂ ਦਿਨਾਂ 'ਚ ਮੈਨੂੰ ਯਾਦ ਆ, ਮੈਂ ਤਾਂ ਪੜ੍ਹਦਾ ਸੀ, ਉੱਥੇ INA ਉੱਥੇ ਉਦੋਂ ਸਾਰੇ ਉੱਥੇ ਟਰਾਇਲ ਹੋਈ ਤਿੰਨਾਂ INA ਦੇ ਅਫਸਰਾਂ ਦੀ, ਸਹਿਗਲ ਸ਼ਾਹ, ਤਾਂ ਸਾਰੇ ਨਾਰੇ ਲੱਗਦੇ ਸੀ, ਲਾਲ ਕਿਲ੍ਹਾ 'ਸੇ ਆਈ ਆਵਾਜ਼, ਢਿੱਲੋਂ ਸਹਿਗਲ ਸ਼ਾਹ ਨਵਾਜ਼, ਇਹ ਤਿੰਨ ਅਫਸਰ ਸੀ ਜਿਹੜੇ ਇੰਡੀਅਨ ਆਰਮੀ ਦੇ ਜਿਹੜੇ INA 'ਚ ਹੋ ਗਏ ਸੀ, ਇਹਨਾਂ ਦੀ ਪਹਿਲਾਂ ਟਰਾਇਲ ਹੋਈ। ਮਗਰ ਬੜੇ ਅਫਸੋਸ ਦੀ ਗੱਲ ਕਿ ਇੰਡੀਅਨ ਗੌਰਮੈਂਟ ਨੇ ਕੋਈ ਵੀ INA ਦਾ ਬੰਦਾ ਆਪਣੀ ਫੌਜ 'ਚ ਨਹੀਂ ਲਿਆ, ਹਾਲਾਂਕਿ ਉਹਨਾਂ ਨੂੰ ਸਭ ਨੂੰ ਲੈਣਾ ਚਾਹੀਦਾ ਸੀ, ਔਰ ਉਹਨਾਂ ਕਰਕੇ ਇਹ ਅੰਗਰੇਜ਼ ਨੂੰ ਡਿਸੀਜਨ ਲੈਣਾ ਪਿਆ ਜਾਣ ਦਾ। ਅਤੇ ਜੈ ਸਾਹਿਬ, ਜੀ ਤਾਂ ਕਰਦਾ ਗੱਲਾਂ ਕਰੀ ਜਾਈਏ। ਹਾਂਜੀ, ਅਤੇ ਵੈਸੇ ਟਾਈਮ ਦੀ ਵੀ ਪਾਬੰਦੀ ਹੈਗੀ ਆ। ਵਿਤਕਰਾ ਕਈਆਂ ਤਰ੍ਹਾਂ ਦਾ ਹੋਇਆ ਸਿੱਖਾਂ ਨਾਲ, ਹਿਊਮਨ ਰਾਈਟਸ ਦਾ ਹੋ ਗਿਆ, ਜੈਨੋਸਾਈਡ, ਜਿਹੜੀ ਗੱਲ ਜੈਨੋਸਾਈਡ ਤੱਕ ਪਹੁੰਚ ਗਈ ਆ,